ਤੁਸੀਂ ਆਪਦਾ ਮੋਬਾਈਲ ਖਾਣੇ ਦੇ ਟਾਈਮ ਤੇ ਨਾ ਯੂਜ਼ ਕਰੋ। ਬਿਲਕੁਲ, ਤੁਸੀਂ ਜਦੋਂ ਤੁਸੀਂ ਵਾਸ਼ਰੂਮ ਜਾ ਰਹੇ ਹੋ ਤੁਹਾਡਾ ਫੋਨ ਵੀ ਨਾਲ ਜਾ ਰਿਹਾ, ਫੋਨ ਨੇ ਥੋੜੀ ਨਾ ਵਾਸ਼ਰੂਮ ਜਾਣਾ, ਵਾਸ਼ਰੂਮ ਤੇ ਤੁਸੀਂ ਜਾਣਾ। ਦੀਸ ਆਰ ਸਮ ਹੈਲਦੀ ਥਿੰਗਸ, ਇੱਕ ਜਿਹੜੀ ਜੋ ਬੇਸਿਕ ਈਜ਼ੀ ਚੇਂਜਸ ਜੋ ਅਸੀਂ ਆਪਾਂ ਲਿਆ ਸਕਦੇ ਹਾਂ ਕਿ ਜਦੋਂ ਤੁਸੀਂ ਮੀਲਸ ਖਾ ਰਹੇ ਹੋ, ਬ੍ਰੇਕਫਾਸਟ ਯੂਅਰ ਲੰਚ ਯੂਅਰ ਡਿਨਰ ਯੂਅਰ ਸਨੈਕਸ ਯੂਅਰ ਟੀ ਟਾਈਮ, ਉਦੋਂ ਫੋਨ ਟੀਵੀ ਨਹੀਂ ਯੂਜ਼ ਕਰਨਾ। ਬਿਲਕੁਲ, ਔਰ ਉਦੋਂ ਫੈਮਿਲੀ, ਕਿਉਂਕਿ ਅਸੀਂ ਸਾਰੇ ਐਜ ਅ ਬੱਚਿਆਂ ਦੀ ਵੀ ਆਪਣੀ ਇੱਕ ਰੂਟੀਨ ਹੈ ਔਰ ਪੇਰੈਂਟਸ ਦੀ ਵੀ ਆਪਣੀ ਰੂਟੀਨ ਹੈ ਅੱਜ ਕੱਲ੍ਹ, ਹੈ ਨਾ। ਪਰ ਜਦੋਂ ਤੁਸੀਂ ਬੈਠ ਕੇ ਖਾਣਾ ਖਾਂਦੇ ਹੋ ਉਦੋਂ ਮੇਕ ਸ਼ੋਰ ਕਿ ਯੂ ਡੋਂਟ ਯੂਜ਼ ਫੋਨ ਟੀਵੀ ਐਨੀ ਟੈਕਨੋਲੋਜੀ, ਯੂ ਇੰਟਰੈਕਟ ਯੂ ਕਮਿਊਨੀਕੇਟ, ਹੈ ਨਾ, ਕਿ ਜਿਹੜਾ ਤੁਹਾਡਾ ਹੁਣ ਇੱਕ ਬੈਲੈਂਸ ਕ੍ਰੀਏਟ ਹੋਏ, ਬਿਕਾਜ਼ ਟੈਕਨੋਲੋਜੀ ਇਜ਼ ਵੈਰੀ ਇੰਪੋਰਟੈਂਟ, ਪਰ ਉਹਦੇ ਨਾਲ ਹਿਊਮਨ ਇੰਟਰੈਕਸ਼ਨ ਇਜ਼ ਆਲਸੋ ਵੈਰੀ ਇੰਪੋਰਟੈਂਟ। ਆਈ ਟੈਲ ਯੂ, ਸੀ ਇਮੋਸ਼ਨਲ ਸਟੇਬਿਲਿਟੀ ਜਿਹੜੀ ਬੱਚੇ ਦੇ ਲਾਈਫ ਚ ਆ ਰਹੀ ਹੈ, ਬੱਚੇ ਨੇ ਸਕੂਲ ਚ ਕੀ ਕੀਤਾ, ਉਹਨੇ ਸਕੂਲ ਚ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ, ਇਫ ਯੂ ਆਰ ਨਾਟ ਗਿਵਿੰਗ ਐਨ ਈਅਰ ਟੂ ਇਟ, ਆਪਾਂ ਸੁਣਨਗੇ ਹੀ ਨਹੀਂ, ਤੇ ਚਿਲਡਰਨ ਵਿਲ ਆਬਵੀਅਸਲੀ ਸਟਾਪ ਕਮਿੰਗ ਟੂ ਯੂ। ਜਿਹੜੇ ਅਡੋਲੈਸੈਂਟਸ ਚ ਪ੍ਰੋਬਲਮ ਆਉਂਦੀਆਂ ਨੇ, ਡਿਪਰੈਸ਼ਨ ਦੀ, ਐਂਜਾਇਟੀ ਦੀ, ਪੀਅਰ ਪ੍ਰੈਸ਼ਰ, ਦੇਅਰ ਬਾਡੀ ਇਮੇਜ ਇਜ਼ ਟੋਟਲੀ ਡਿਸਟੋਰਟਡ ਐਂਡ ਦੇ ਡੋਂਟ ਹੈਵ ਐਨੀਵਨ ਟੂ ਟਾਕ ਟੂ। ਕੀ ਆਪਾਂ ਐਜ਼ ਅ ਪੇਰੈਂਟ 5 ਮਿੰਟਸ ਆਪਣੇ ਬੱਚੇ ਦੀ ਗੱਲ ਵੀ ਨਹੀਂ ਸੁਣ ਸਕਦੇ ਜਸਟ ਬਿਕੋਜ਼ ਆਪਾਂ ਫੋਨ ਤੇ ਬਿਜ਼ੀ ਹਾਂ। ਔਰ ਇਹੀ ਹੁਣ ਇਹ ਵੀ ਹੈ ਕਿ ਬੱਚੇ ਸਾਡੇ ਨਾਲ ਆ ਕੇ ਗੱਲ ਕਰਨ, ਪਰ ਉਹਦੇ ਨਾਲ ਇਹ ਵੀ ਹੈ ਕਿ ਉਹਨਾਂ ਨੂੰ ਇਗਜ਼ਾਮਪਲ ਵੀ ਸੈੱਟ ਕਰੀਏ ਕਿ ਇਫ ਆਈ ਐਮ ਵਰਕਿੰਗ ਆਈ ਆਲਸੋ ਗੋ ਐਂਡ ਡਿਸਕਸ ਵਿਦ ਮਾਈ ਚਾਈਲਡ ਕਿ ਹਾਂ ਇਹ ਹੋਇਆ, ਓਨਲੀ ਦੈਨ ਦੈਟ ਪਰਸਨ ਵਿਲ ਲਰਨ ਕਿ ਹਾਂ ਇਹ ਕਮਿਊਨੀਕੇਸ਼ਨ ਹੈ, ਉਹ ਮੈਨੂੰ ਜੱਜ ਨਹੀਂ ਕਰ ਰਹੇ, ਉਹ ਮੇਰੇ ਤੇ ਨਜ਼ਰ ਨਹੀਂ ਰੱਖ ਰਹੇ, ਕਿਉਂਕਿ ਇਹ ਫੈਕਟਰ ਵੀ ਆ ਜਾਂਦਾ ਕਿ ਮੇਰੇ ਪੇਰੈਂਟਸ ਦੇ ਆਰ ਜਸਟ ਕੀਪਿੰਗ ਚੈੱਕ ਔਨ ਮੀ, ਹੈ ਨਾ। ਤੇ ਇੱਕ ਉਹ ਕੰਫਰਟ ਲੈਵਲ ਬਣਾਉਣਾ ਬਹੁਤ ਜ਼ਰੂਰੀ ਹੈ, ਐਂਡ ਇਫ ਯੋਰ ਚਿਲਡਰਨ ਇਜ਼ ਸ਼ੇਅਰਿੰਗ ਸਮਥਿੰਗ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹਨੂੰ ਫੀਡਬੈਕ ਕਿਵੇਂ ਦਾ ਦਿੰਦੇ, ਤੁਸੀਂ ਅਨਇੰਟਰਪਟਿਡ ਅਟੈਂਸ਼ਨ ਹੀ ਮੈਂ ਕਹਿੰਦੀ ਹਾਂ ਇੱਕ ਦੇ ਨਹੀਂ ਨਾ ਕਿ ਤੁਸੀਂ ਸਪੋਜ਼ ਕਰੋ ਅਸੀਂ ਮੇਰੇ ਨਾਲ ਗੱਲ ਕਰ ਰਹੇ ਇਸ ਲਈ ਤੇ ਮੈਂ ਇੱਥੇ ਆਪਣਾ ਫੋਨ ਵੇਖੀ ਜਾਵਾਂ, ਯੂ ਵੋਂਟ ਇਵਨ ਫੀਲ ਲਾਈਕ ਟਾਕਿੰਗ ਟੂ ਮੀ। ਤੁਸੀਂ ਕਹੋਗੇ ਇੱਥੇ ਬੰਦਾ ਮੇਰੀ ਗੱਲ ਨਹੀਂ ਸੁਣ ਰਿਹਾ, ਮੇਰੀ ਜਦੋਂ ਗੱਲ ਨਹੀਂ ਸੁਣ ਰਿਹਾ ਮੈਂ ਦੱਸ ਕੀ ਕਰਨਾ ਲਾਈਕ ਇਸ ਬੌਂਡ ਨਾਲ ਫੋਨ ਇੰਪੋਰਟੈਂਟ ਐਂਡ ਆਈ ਵਿਲ ਕਾਪੀ ਯੂ ਆਈ ਆਲਸੋ ਯੂਜ਼ ਫੋਨ ਤੇ ਐਂਡ ਦਿਸ ਫੋਨ ਯੂਸੇਜ ਦਾ ਹੁਣ ਅਸੀਂ ਦੇਖਿਆ ਫਿਜ਼ੀਕਲੀ ਸਲੀਪਿੰਗ ਈਟਿੰਗ ਔਰ ਆਈਸ ਤੇ ਤਾਂ ਇੰਪੈਕਟ ਹੁੰਦਾ ਹੀ ਹੈ ਸਾਡੀ ਜਨਰੇਸ਼ਨ ਤੇ, ਔਰ ਹੁਣ ਦਾ ਫਰਕ ਦੇਖੀਏ ਤਾਂ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਸਪੈਕਸ ਲੱਗਦੀਆਂ ਨੇ। ਸੀ ਕੱਲਾ ਸਪੈਕਸ ਇਜ਼ ਨਾਟ ਵਨ ਐਸਪੈਕਟ ਆਫ ਯੂਜ਼ਿੰਗ ਸਕਰੀਨਸ, ਸਲੀਪਿੰਗ ਦਾ ਜਿਹੜੇ ਤੁਸੀਂ ਕਹਿ ਰਹੇ ਹੋ, ਹੁਣ ਬੱਚੇ ਰਾਤੀ ਵੀ ਫੋਨ ਦੇਖੇ ਜਾਂਦੇ ਨੇ, ਸਕਰੀਨ ਤੋਂ ਬਲੂ ਰੇਜ਼ ਆਉਂਦੀਆਂ ਨੇ ਐਂਡ ਜੇ ਆਪਾਂ ਐਕਸੈਸਿਵ ਬਲੂ ਰੇਜ਼ ਐਕਸਪੋਜ਼ਰ ਹੁੰਦਾ ਹੈ ਦੈਨ ਔਰ ਸਲੀਪ ਵੇਕ ਸਾਈਕਲ ਜਿਹੜਾ ਮੈਲਾਟੋਨਿਨ ਦੇ ਨਾਲ ਐਸੋਸੀਏਟਡ ਹੁੰਦਾ ਹੈ ਦੈਟ ਗੈਟਸ ਡਿਸਟਰਪਟਡ। ਜਿਹੜਾ ਆਪਾਂ ਫਿਜ਼ੀਕਲ ਐਕਟੀਵਿਟੀ ਵਾਲਾ ਟਾਈਮ ਸੀ ਜੇ ਆਪਾਂ ਉਹ ਵੀ ਆਪਾਂ ਫੋਨ ਦੇ ਵਿੱਚ ਹੀ ਵੜ ਗਏ, ਜਿਹੜੇ ਬੱਚੇ ਨੂੰ ਅਨਸਟਰਕਚਰਡ ਇਮੈਜੀਨੇਟਿਵ ਪਲੇ, ਮਤਲਬ ਉਹ ਫਰੀਲੀ ਜੋ ਕਰਨਾ ਚਾਹੁੰਦਾ ਹੈ ਕਰੇ, ਆਪਣੇ ਆਪ ਨੂੰ ਐਕਸਪ੍ਰੈਸ ਕਰੇ, ਹੈ ਨਾ, ਆਪਣੀ ਇਮੈਜੀਨੇਸ਼ਨ ਯੂਜ਼ ਕਰਕੇ ਪਲੇ ਕਰੇ, ਦੈਟ ਇਜ਼ ਟੋਟਲੀ ਨੋ ਕਿਉਰੀਓਸਿਟੀ ਪ੍ਰੋਡਕਟਿਵਿਟੀ। ਕੀ ਮੈਂ ਬਹੁਤ ਸਾਰਾ ਟਾਈਮ ਦੇਖਿਆ ਬੱਚੇ ਪਾਰਕ ਚ ਜਾਂਦੇ ਨੇ ਜਾਂ ਗੱਡੀ ਚ ਜਾ ਰਹੇ ਨੇ, ਬਾਹਰ ਨੀ ਵੇਖਣਗੇ ਕਿ ਬਾਹਰ ਕਿਹੜੇ ਪਲਾਂਟਸ ਨੇ, ਕੀ ਟੋਇਜ਼ ਨੇ, ਲਰਨਿੰਗ ਨਿਊ ਥਿੰਗਸ ਨਹੀਂ ਕਰਦੇ। ਉਹ ਉਸ ਫੋਨ ਚ ਜਿਹੜਾ ਆਉਂਦਾ ਉਹਦੇ ਚ ਸਕਰੋਲਿੰਗ ਇਟ ਬਲਾਈਂਡਲੀ, ਉਹ ਨਾ ਸਕਰੀਨ ਨੇ ਅੱਗੋਂ ਪੁੱਛਣੇ ਤੁਸੀਂ ਮੇਰੇ ਤੋਂ ਕੀ ਸਿੱਖਿਆ, ਜਾਂ ਮੈਂ ਤੁਹਾਨੂੰ ਕੀ ਦੱਸਿਆ ਸੀ, ਜਾਂ ਮੈਂ ਕਿਹੜਾ ਕਲਰ ਦੱਸਿਆ ਸੀ, ਉਹਨੇ ਰਿਪੀਟ ਕਰੀ ਜਾਣਾ। ਰੈਪੀਟੇਸ਼ਨ ਦੇ ਨਾਲ ਨਾਲ ਐਕਟਿਵ ਪਾਰਟੀਸੀਪੇਸ਼ਨ ਇਜ਼ ਵੈਰੀ ਇੰਪੋਰਟੈਂਟ, ਲੈਸ ਇਨੀਸ਼ੀਏਸ਼ਨ। ਯੈਸ, ਐਂਡ ਦ ਥਿੰਗ ਇਜ਼ ਕੱਲੇ ਟੀਚਰਸ ਦਾ ਕੰਮ ਨਹੀਂ ਹੈ ਬੱਚੇ ਨੂੰ ਰੈਪੀਟੇਸ਼ਨ ਕਰਕੇ ਦੱਸਣਾ। ਜਦੋਂ ਦੇਖੋ ਕਹਿੰਦੇ ਨਾ ਕਰ 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 ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਰੱਸੀ ਆਤ ਜਾਤ ਸਿਲਬਟ ਪੇ ਪੜੇ ਨਿਸ਼ਾਨ। ਜਦੋਂ ਆਪਾਂ ਇੱਕ ਬੱਚੇ ਨੂੰ 10 ਵਾਰ ABCD ਨਹੀਂ ਸਿਖਾਵਾਂਗੇ ਜਾਂ 20 ਵਾਰ ABCD ਨਹੀਂ ਸਿਖਾਵਾਂਗੇ ਜਾਂ ਉਹ ਤੋਂ ਨਹੀਂ ਪੁੱਛਾਂਗੇ ਤੇ ਸਾਨੂੰ ਕਿੱਦਾਂ ਰਿਵਰਟ ਕਿੱਦਾਂ ਹੋਏਗਾ। ਤੇ ਫੋਨ ਨਾਲ ਯੂਸੇਜ ਦੇ ਨਾਲ ਜੇ ਆਪਾਂ ਫੋਨ ਦੇਣਾ ਵੀ ਹੈ ਸਿਖਾਉਣ ਵਾਸਤੇ, ਦੈਨ ਪੇਰੈਂਟਸ ਨੂੰ ਐਕਟਿਵਲੀ ਪੁੱਛਣਾ ਚਾਹੀਦਾ, ਬੱਚਾ ਤੁਸੀਂ ਆ ਦੱਸੋ ਕੀ ਦੱਸ ਰਿਹਾ ਫੋਨ ਚ, ਇਟਸ ਕਾਲਡ ਕੋ ਵਿਊ। ਜੇ ਬੱਚਾ ਜਿਹੜੀ ਚੀਜ਼ ਦੇਖ ਰਿਹਾ ਇਨ ਦਾ ਏਜ ਆਫ 2 to 7 ਈਅਰਸ, ਤੁਸੀਂ ਨਾਲ ਬੈਠ ਕੇ ਵੇਖੋ ਐਂਡ ਦੈਨ ਜਿਹੜੀ ਵੀ ਚੀਜ਼ ਤੁਸੀਂ ਦੋਵਾਂ ਨੇ ਸਿੱਖੀ ਹੈ, ਯੈਸ, ਤੁਸੀਂ ਉਹਨੂੰ ਆਪਣੀ ਡੇਲੀ ਲਾਈਫ ਚ ਇੰਪਲਾਈ ਕਰੋ। ਸਪੋਜ਼ ਕਰੋ ਅੱਜ ਗ੍ਰੀਨ ਕਲਰ ਹੀ ਸਿੱਖਿਆ ਆਪਾਂ, ਤੁਸੀਂ ਦਿਖਾਓ ਬੇਟਾ ਦੇਖੋ ਗ੍ਰੀਨ ਕਲਰ ਦੀ ਲੀਵਸ ਨੇ, ਅੱਜ ਆਪਾਂ ਡਰੈਸ ਪਾਈ ਆ ਸਾਡੀ ਗ੍ਰੀਨ ਕਲਰ, ਵਾਈਟ ਪਰਸਪੈਕਟਿਵ ਹੈ ਕਿ ਦਿਸ ਇਜ਼ ਗ੍ਰੀਨ, ਗ੍ਰੀਨ ਇਸ ਕਲਰ ਦੇ ਵਿੱਚ ਵੀ ਹੁੰਦਾ ਹੈ ਐਂਡ ਆਲ ਦੈਟ ਲਰਨਿੰਗ। ਐਂਡ ਜਦੋਂ ਆਪਾਂ ਉਹਨੇ ਮੋਨੀਟਰਿੰਗ ਦੀ ਗੱਲ ਕੀਤੀ ਕਿ ਬਿਕਾਜ਼ ਟੈਕਨੋਲੋਜੀ ਹੁਣ ਸਾਡੇ ਹੱਥ ਵਿੱਚ ਹੈ, ਪਹਿਲਾਂ ਹੁੰਦਾ ਸੀਗਾ ਕਿ ਵੀ ਅਸੀਂ ਲਾਇਬ੍ਰੇਰੀ ਚ ਜਾਂਦੇ ਸੀ, ਆਪਣੇ ਵੱਡੇ ਬਜ਼ੁਰਗਾਂ ਕੋਲ ਜਾਂਦੇ ਸੀ, ਬਹੁਤ ਸਾਰੇ ਲੋਕਾਂ ਨੂੰ ਐਕਸੈਸ ਚ ਜਾਂਦੇ ਸੀ, ਹੁਣ ਯੂ ਹੈਵ ਐਵਰੀਥਿੰਗ ਔਨ ਯੋਰ ਵਨ ਕਲਿੱਕ। ਪਰ ਉਹਦਾ ਇੱਕ ਸਾਈਡ ਇਫੈਕਟ ਜਾਂ ਇੱਕ ਬੁਰਾ ਇੱਕ ਇਹ ਵੀ ਚੀਜ਼ ਹੈ ਕਿ ਚਾਹੇ ਅਬਿਊਸਿਵ ਲੈਂਗੁਏਜ ਜਿਹੜੀ ਹੈ ਬੱਚਿਆਂ ਦੇ ਵਿੱਚ, ਵਾਇਲੈਂਟ ਹੈ, ਚਾਹੇ ਉਹ ਅਡਲਟ ਸਟਫ ਲੈ ਲਓ, ਚਾਹੇ ਉਹ ਡਰੱਗਸ ਹੋ ਗਏ, ਸਾਰਾ ਕੁਛ ਹੀ ਸੀ। ਜਦੋਂ ਆਪਾਂ ਅਬਿਊਸਿਵ ਤੇ ਵਾਇਲੈਂਟ ਲੈਂਗੁਏਜ ਦੀ ਗੱਲ ਕਰੀਏ, ਸੀ ਸਪੈਸ਼ਲੀ
ਕੋਈ ਵੀ ਬਿਹੇਵੀਅਰ ਜੇ ਰਿਪੀਟੇਟਿਵਲੀ ਯੂਜ਼ ਹੁੰਦਾ ਤੇ ਜੇ ਵਾਇਲੈਂਟ ਬਿਹੇਵੀਅਰ ਰਿਪੀਟੇਟਿਵਲੀ ਯੂਜ਼ ਹੋ ਰਿਹਾ ਐਂਡ ਇਟਸ ਨਾਟ ਗੈਟਿੰਗ ਪਨਿਸ਼ਡ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਉਹਦਾ ਇੰਪੈਕਟ ਕੀ ਹੈ ਐਂਡ ਇਫ ਦੈਟ ਇਜ਼ ਸ਼ੋਨ ਇਨ ਅ ਪੋਜ਼ਿਟਿਵ ਲਾਈਨ ਤਾਂ ਕਿਡਸ ਵਿਲ ਲਰਨ ਉਹਨਾਂ ਲੱਗੇ ਸ਼ਾਇਦ ਇਹੀ ਤਰੀਕਾ ਹੈ ਇਹੀ ਸਲੀਕਾ ਹੈ ਜੀਵਨ ਜੀਣ ਦਾ ਬਟ ਇਹ ਗੱਲ ਨਹੀਂ ਹੈਗੀ ਬਿਲਕੁਲ ਤੇ ਪੇਰੈਂਟ ਸ਼ੁੱਡ ਡੈਫੀਨੇਟਲੀ ਸੀ ਕਿ ਬੱਚੇ ਕੀ ਦੇਖ ਰਹੇ ਨੇ ਜਿਵੇਂ ਹੁਣ ਦੇਖੋ ਮੈਂਸਟਰਲ ਪ੍ਰੋਬਲਮਸ ਨੇ ਇਨੀਸ਼ੀਏਸ਼ਨ ਯੋਰ ਕਿਡਸ ਟੂ ਸੈਕਸ਼ੁਅਲ ਨੋਲੇਜ ਇਹ ਸਾਰੀ ਚੀਜ਼ਾਂ ਬੜੀ ਸਾਰੀ ਐਪਸ ਨੇ ਜਿਹਦੇ ਚ ਆਪਾਂ ਬੱਚਿਆਂ ਨੂੰ ਵੀ ਕੈਨ ਗਿਵ ਇਟ ਇਨ ਅ ਵੈਰੀ ਬੈਨੀਫਿਸ਼ੀਅਲ ਐਂਡ ਗੁੱਡ ਵੇ ਤੇ ਜੇ ਆਪਾਂ ਸ਼ੁਰੂ ਤੋਂ ਹੀ ਆਪਾਂ ਮੋਨੀਟਰਿੰਗ ਕਰੀਏ ਸੋ ਦੈਟ ਯੂਰ ਕਿਡਸ ਕੈਨ ਮੇਕ ਅ ਡਿਫਰੈਂਸ ਅੱਜ ਕੱਲ ਬੱਚਿਆਂ ਦੇ ਵਿੱਚ ਇਰੀਟੇਸ਼ਨ ਬਹੁਤ ਵੱਧ ਚੁੱਕੀ ਹੈ ਅਗਰੈਸ਼ਨ ਫਰਸਟ੍ਰੇਸ਼ਨ ਤੇ ਵੀ ਇੱਕ ਬਹੁਤ ਹੈ ਕਿ ਹੈਲਦੀਲੀ ਉਹਨਾਂ ਨੂੰ ਫੋਨ ਤੋਂ ਜਾਂ ਟੈਕਨੋਲੋਜੀ ਤੋਂ ਕਿੱਦਾਂ ਤੇ ਥੋੜਾ ਥੋੜਾ ਗੈਪ ਵਧਾਉਣਾ ਹੈ ਔਰ ਆਪਾਂ ਇਹ ਚੀਜ਼ ਇੱਕ ਮੇਨ ਚੀਜ਼ ਹੁੰਦੀ ਹੈ ਕਿ ਵੀ ਹੈਵ ਦਿਸ ਥਿੰਗ ਕਿ ਹਾਂ ਆਪਾਂ ਫੋਨ ਜਾਂ ਟੈਕਨੋਲੋਜੀ ਯੂਸਿਸ ਨੂੰ ਘੱਟ ਕਰਨਾ ਪਰ ਉਹਦੇ ਨਾਲ ਇਹ ਵੀ ਚੀਜ਼ ਹੈ ਕਿ ਆਪਾਂ ਐਡ ਕੀ ਕਰਦੇ ਹਾਂ ਰਾਈਟ ਬਿਕਾਜ਼ ਹੁਣ ਉਹ ਇੱਕ ਅਡਿਕਸ਼ਨ ਹੋ ਗਈ ਹੈ ਫੋਨ ਅਡਿਕਸ਼ਨ ਹੋ ਗਈ ਹੈ ਟੈਕਨੋਲੋਜੀ ਅਡਿਕਸ਼ਨ ਬਹੁਤ ਜ਼ਿਆਦਾ ਹੋ ਗਈ ਹੈ ਸੋ ਉਹਨੂੰ ਤਾਂ ਅਸੀਂ ਘੱਟ ਕਰਨਾ ਵੀ ਹੈਵ ਦੈਟ ਟਾਰਗੇਟ ਬਟ ਵਾਟ ਆਪਾਂ ਉਹਨੂੰ ਐਜ਼ ਅ ਰੈਸੀਪ੍ਰੋਕੇਟਿੰਗ ਆਪਾਂ ਬੱਚੇ ਨੂੰ ਦੇ ਕੀ ਰਹੇ ਹਾਂ ਰਾਈਟ ਔਰ ਜਿਵੇਂ ਕਿ ਅਸੀਂ ਉਹਨੇ ਪਹਿਲਾਂ ਗੱਲ ਕੀਤੀ ਕਿ ਪੇਰੈਂਟਸ ਵੀ ਇਨਵੋਲਵ ਹੋਣ ਪੇਰੈਂਟਸ ਤੋਂ ਹੀ ਬੱਚੇ ਸਿੱਖਣਗੇ ਤੇ ਉਹ ਅਗਰ ਕੁਝ ਆਪਣੀ ਹੈਲਦੀ ਹੈਬਿਟਸ ਥੋੜਾ ਜਿਹਾ ਬੱਚਿਆਂ ਦੇ ਨਾਲ ਬੈਠ ਕੇ ਚਾਹੇ ਜਿਵੇਂ ਭਾਵੇਂ ਉਹ ਆਰਟਸ ਐਂਡ ਕਰਾਫਟ ਹੋ ਗਿਆ ਭਾਵੇਂ ਉਹ ਫਿਜ਼ੀਕਲ ਐਕਟੀਵਿਟੀ ਹੋ ਗਈ ਜਾਂ ਉਹਨਾਂ ਦੇ ਨਾਲ ਡਿਸਕਸ਼ਨ ਕਮਿਊਨੀਕੇਸ਼ਨ ਹੀ ਕਰਨ ਕਰੰਟ ਅਫੇਅਰਸ ਤੇ ਭਾਵੇਂ ਤੁਸੀਂ ਰੀਲਸ ਫੋਟੋਜ਼ ਵੀਡੀਓ ਯੂਟਿਊਬ ਤੇ ਕੀ ਦੇਖਿਆ ਭਾਵੇਂ ਐਂਟਰਟੇਨਮੈਂਟ ਪਾਰਟੀ ਜਿਸ ਤੇ ਯੂ ਡਿਸਕਸ ਓਪੀਨੀਅਨ ਲੈਂਦੇ ਹੋ ਹੈ ਨਾ ਓਪੀਨੀਅਨ ਜ਼ਰੂਰ ਦਿਓ ਸਮਾਰਟਲੀ ਤੁਸੀਂ ਉਹਦਾ ਫੋਨ ਦਾ ਉਹ ਘੱਟ ਕਰ ਸਕਦੇ ਹੋ